ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਦਵਿੰਦਰ ਪੰਮੀ, ਬਲੈਸ ਫਿਲਮ ਪ੍ਰੋਡਕਸ਼ਨ ਦੀ ਪੇਸ਼ਕਸ਼ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਇੱਕ ਬੜੇ ਅੱਛੇ ਸਿੰਗਰ ਦੇ ਨਾਲ ਕਰਵਾ ਰਹੇ ਹਾਂ, ਜਿਨ੍ਹਾਂ ਨੇ ਬੜੇ ਘੱਟ ਟਾਈਮ ਦੇ ਵਿੱਚ ਲੋਕਾਂ ਦੇ ਦਿਲਾਂ ਦੇ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਆਓ ਸਵਾਗਤ ਕਰੀਏ ਧਰਮਵੀਰ ਗਰਚਾ ਜੀ ਦਾ। ਦਵਿੰਦਰ ਭਾਅ ਜੀ, ਤੁਹਾਨੂੰ ਤੇ ਸਾਰੇ ਸੂਝਵਾਨ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਧਰਮਵੀਰ ਜੀ, ਤੁਹਾਡੇ ਮੈਨੂੰ ਪਤਾ ਕਿ ਕਈ ਗਾਣੇ ਤੁਹਾਡੇ ਹੁਣ ਤੱਕ ਰਿਕਾਰਡ ਹੋ ਚੁੱਕੇ ਆ, ਯੂਟਿਊਬ ਤੇ ਵਿਊਅਰਸ ਵੀ ਜਿਹੜੇ ਆ ਤੁਹਾਡੇ ਲੱਸੀ ਦੇ ਗਲਾਸ ਤੇ ਹਵਾਈ ਫੇਅਰ ਤੇ ਮੋਰ ਦੈਨ ਮਿਲੀਅਨ ਹੋ ਚੁੱਕੇ ਆ। ਹਾਂਜੀ, ਤੇ ਟੋਟਲ ਕਿੰਨੇ ਤੁਹਾਡੇ ਗਾਣੇ ਹੁਣ ਤੱਕ ਰਿਕਾਰਡ ਹੋ ਚੁੱਕੇ? ਮੈਂ ਭਾਅ ਜੀ 16 ਗਾਣੇ ਕਰਾ ਚੁੱਕਿਆ ਜੀ। ਵਾਹ, ਕੀ ਬਾਤ ਹੈ ਜੀ। 16 ਗਾਣੇ ਜਿਨ੍ਹਾਂ ਚੋਂ 7-8 ਗਾਣੇ ਆ ਚੁੱਕੇ ਨੇ ਜੀ, ਤੇ ਬਾਕੀ ਲਾਈਨ ਦੇ ਵਿੱਚ ਨੇ, ਹੌਲੀ ਹੌਲੀ ਆ ਰਹੇ ਨੇ ਜੀ। ਅੱਛਾ, ਤਾਂ ਨੈਕਸਟ ਮੰਥ ਵੀ ਆਪਾਂ ਜੀ ਗਾਣਾ ਕਰ ਰਹੇ ਇੱਕ ਤੇ ਲੋਕ ਤੱਕ ਟਾਈਪ ਆ ਜੀ। ਲੋਕ ਤੱਕ, ਹਾਂਜੀ। ਅੱਛਾ, ਜਿਵੇਂ ਤੁਸੀਂ ਦੇਖਿਆ ਕਿ ਸ਼ੌਕ ਤੁਹਾਨੂੰ ਪਹਿਲਾਂ ਤੋਂ ਸ਼ੌਕ ਹੈਗਾ, ਹਾਂਜੀ, ਮਤਲਬ ਤੁਹਾਨੂੰ ਬਚਪਨ ਤੋਂ ਸਕੂਲ ਟਾਈਮ ਤੋਂ ਸ਼ੌਕ ਹੈ ਜਾਂ ਪਹਿਲਾਂ ਤੋਂ, ਮਤਲਬ ਕਿ ਇੱਥੇ ਆ ਕੇ ਤੁਹਾਨੂੰ ਸ਼ੌਕ? ਨਹੀਂ ਜੀ, ਸਕੂਲ ਦੇ ਵਿੱਚ ਮੈਂ ਵੀਰ ਜੀ, ਤੇ ਜਿਹੜਾ ਅਸੈਂਬਲੀ ਦੇ ਵਿੱਚ ਵੀ ਜਿਹੜਾ ਉਹ ਦੇਸ਼ੀ ਬਾਬਾ ਮੋਹੇ ਵਾਲਾ ਹੁੰਦਾ ਸੀ ਸ਼ਬਦ, ਹਾਂਜੀ ਹਾਂਜੀ, ਉਹ ਮੈਂ ਕਰਦਾ ਰਿਹਾ, ਹਾਰਮੋਨੀਅਮ ਵਜਾਉਂਦਾ ਰਿਹਾ ਸਕੂਲ ਦੇ ਵਿੱਚ। ਅੱਛਾ, ਹਾਂਜੀ। ਤੇ ਮੁੜ ਕੇ ਵੀਰ ਜੀ, ਜੇ ਕੋਈ ਫੰਕਸ਼ਨ ਹੋਣਾ ਸਕੂਲ ਦੇ ਵਿੱਚ, ਤਾਂ ਮੇਰਾ ਲੱਗਦਾ ਵੀ 2-3 ਤੋਂ ਮੈਂ ਲੱਗ ਗਿਆ ਸੀਗਾ ਜੀ ਗਾਉਣ। ਅੱਛਾ, ਹਾਂਜੀ ਹਾਂਜੀ, 2nd class to 3rd ਲੱਗ ਗਿਆ ਸੀ। ਠੀਕ ਹੈ, ਹਾਂਜੀ। ਧਰਮਵੀਰ ਜੀ, ਤੁਸੀਂ ਸਕੂਲ ਦੀ ਗੱਲ ਕੀਤੀ ਕਿ ਤੁਸੀਂ ਸਕੂਲ ਦੇ ਵਿੱਚ ਗਾਉਂਦੇ ਸੀਗੇ, ਸਕੂਲ ਦੇ ਵਿੱਚ ਬੱਚੇ ਬੜੀਆਂ ਸ਼ਰਾਰਤਾਂ ਕਰਦੇ ਆ, ਕੁਛ ਐਸੀਆਂ ਸ਼ਰਾਰਤਾਂ ਹੁੰਦੀਆਂ ਜਾਂ ਸਟੇਜ ਤੇ ਜਾਂ ਆਪਣੇ ਬੱਚਿਆਂ ਆਪਣੇ ਦੋਸਤਾਂ ਦੇ ਨਾਲ ਖੇਡਦੇ ਖੇਡਦੇ, ਤੁਸੀਂ ਕੋਈ ਤੁਹਾਡੇ ਯਾਦ ਹੋਵੇ ਦਿਲ ਦੇ ਵਿੱਚ ਬਚਪਨ ਦੀ ਕੋਈ ਐਸੀ ਗੱਲ ਕਿ ਜਿਹੜੀ ਤੁਸੀਂ ਸਾਡੇ ਸਰੋਤਿਆਂ ਨਾਲ ਸ਼ੇਅਰ ਕਰਨੀ ਚਾਹੁੰਦੇ? ਜੀ ਵੀਰ ਜੀ, 2 ਇੰਸੀਡੈਂਟਸ ਨੇ ਜਿਹੜੇ ਮੈਨੂੰ ਯਾਦ ਨੇ, ਜਿਹਨਾਂ ਦਾ ਜ਼ਿਆਦਾ ਹੀ ਥੋੜ੍ਹਾ ਜਿਹਾ ਮੇਰੇ ਤੋਂ ਰੈਕਟ ਘਰਦਿਆਂ ਵੱਲੋਂ ਵੀ ਹੋਇਆ, ਸਕੂਲ ਦੇ ਟੀਚਰਾਂ ਵੱਲੋਂ ਵੀ। ਤੇ ਜਦੋਂ ਆਪਣਾ ਮਾੜਾ ਟਾਈਮ ਹੁੰਦਾ ਸੀ, ਖਾੜਕੂਵਾਦ ਦਾ ਟਾਈਮ ਸੀ, ਮੈਂ ਉਦੋਂ 2nd-3rd 'ਚ ਸੀਗਾ ਜੀ, ਉਦੋਂ ਕਿਤੇ ਸਾਡੇ ਫੰਕਸ਼ਨ ਹੋਇਆ ਤੇ ਉੱਥੇ ਮੈਂ ਗਾਤਾ ਹੰਸਰਾਜ ਹੰਸ ਜੀ ਦਾ ਗਾਣਾ ਪੱਤਾ ਪੱਤਾ ਸਿੰਘਾਂ ਦਾ ਵੈਰੀ। ਉੱਥੇ ਫਿਰ ਸਾਡੇ ਪ੍ਰਿੰਸੀਪਲ ਸਰ ਨੇ ਤੇ ਮੇਰੀ ਇੰਚਾਰਜ ਟੀਚਰ ਨੇ ਥੋੜ੍ਹਾ ਜਿਹਾ ਬੈਡ ਰੈਕਟ ਕਰਿਆ ਵੀ ਇਹ ਗਾਣਾ ਤੈਨੂੰ ਨਹੀਂ ਗਾਉਣਾ ਚਾਹੀਦਾ ਸੀ। ਅੱਛਾ, ਅਤੇ ਦੂਜਾ ਜੀ ਹੋਇਆ, ਲਗਭਗ ਮੈਂ 7 or 8 class 'ਚ ਹੋਊਂਗਾ, ਉਦੋਂ ਜੀ ਗਾਣਾ ਗਾਇਆ ਮੈਂ, ਸਡਨਲੀ ਫੰਕਸ਼ਨ ਹੋ ਗਿਆ ਸਾਡੇ ਸਕੂਲ, ਅਤੇ ਮੈਡਮ ਕਹਿੰਦੇ ਵੀ ਤੈਨੂੰ ਗਾਉਣਾ ਪੈਣਾ। ਮੈਨੂੰ ਗਾਣਾ ਯਾਦ ਸੀ ਜੀ, ਆਤਮਾ ਬੁੱਢਿਆਲੀਆ ਜੀ ਦਾ ਸਿੰਗਲ ਗਾਣਾ ਸੀਗਾ, ਸਕਿਆ ਭਰਾਵਾਂ 'ਚ ਫਿੱਕ ਪਾਉਂਦੀਆਂ ਮਾੜੀਆਂ ਜਨਾਨੀਆਂ, ਮੈਂ ਜੀ ਉਹ ਗਾਤਾ, ਅਤੇ ਸਾਡੀ ਇੰਚਾਰਜ ਮੈਡਮ ਵੀ ਸੀ, ਉਹ ਵੀ ਲੇਡੀਜ਼, ਅਤੇ ਪ੍ਰਿੰਸੀਪਲ ਵੀ ਲੇਡੀਜ਼। ਹੁਣ ਮੈਨੂੰ ਨਹੀਂ ਪਤਾ ਵੀ ਉਹਨਾਂ ਦੇ ਘਰ ਦਾ ਕੀ ਮਾਹੌਲ ਸੀ, ਪਰ ਮੈਨੂੰ ਇਹ ਪਤਾ ਉਹ ਗਾਣਾ ਗਾ ਕੇ ਮੇਰੇ ਕੁੱਟ ਸਕੂਲ 'ਚ ਕਿੰਨੀ ਪਈ ਆ, ਬਹੁਤ ਕੁੱਟ ਪਈ। ਅੱਛਾ, ਉਹ ਮੈਨੂੰ 2 ਗੱਲਾਂ ਯਾਦ ਰਹਿਣੀਆਂ ਜੀ। ਕਿਆ ਬਾਤ, ਹਾਂਜੀ, ਇਹ ਗਾਇਕੀ ਦੇ ਰਿਲੇਟਡ। ਤਾਂ ਹੋਰ ਸ਼ਕੁੰਤਾ ਸ਼ਰਾਰਤਾਂ ਮੈਂ ਬਹੁਤ ਕਰਦਾ ਰਿਹਾ ਜੀ। ਅੱਛਾ, ਹਾਂਜੀ ਹਾਂਜੀ, ਹੋਰ ਤਾਂ ਸ਼ੁਰੂ ਤੋਂ ਸ਼ਰਾਰਤੀ ਰਿਹਾ ਜੀ। ਧਰਮਵੀਰ ਜੀ, ਜਿਵੇਂ ਤੁਸੀਂ, ਤੁਹਾਨੂੰ ਵੀ ਪਤਾ ਹੈ ਕਿ ਸਾਡੇ ਨਾਲ ਵੀ ਕਈਆਂ ਫੈਮਿਲੀਆਂ ਐਸੀਆਂ ਹਨ ਜਿਨ੍ਹਾਂ ਦੇ ਘਰ ਦੇ ਵਿੱਚ ਬੜੇ ਅੱਛੇ ਅੱਛੇ ਕਲਾਕਾਰ ਹੈ, ਸਿੰਗਰ ਹੈ, ਗਾਉਂਦੇ, ਪਰ ਉਹਨਾਂ ਦੇ ਘਰ ਦੇ ਇਹਨਾਂ ਨੂੰ ਚੰਗਾ ਨਹੀਂ ਸਮਝਦੇ। ਹਾਂਜੀ, ਤੇ ਤੁਹਾਡੇ ਘਰ ਦਾ ਮਾਹੌਲ ਕਿਸ ਤਰ੍ਹਾਂ ਦਾ, ਤੁਹਾਡੇ ਪੇਰੈਂਟਸ ਜਾਂ ਤੁਹਾਡੇ ਯਾਰ ਦੋਸਤ ਕਿ ਕਿੰਨਾ ਕੁ ਸਹਿਯੋਗ ਹੈ ਘਰਦਿਆਂ ਦਾ ਤੁਹਾਡੇ? ਹਾਂਜੀ ਵੀਰ ਜੀ, ਗੱਲ ਤਾਂ ਵੀ ਘਰਦਿਆਂ ਦਾ ਨਾ ਤਾਂ ਕੁਛ ਕਹਿੰਦੇ ਹੀ ਆ, ਤੇ ਤਾਂ ਕਹਿੰਦੇ ਵੀ ਬਹੁਤ ਕੁਛ ਆ ਨਾ, ਵੀ ਆਪਾਂ ਤਾਂ ਡੈਡੀ ਵੀ ਕਈ ਵਾਰ ਕਹਿੰਦੇ ਵੀ ਆਪਾਂ ਜੱਟਾਂ ਜ਼ਿਮੀਂਦਾਰ ਵਾਲੇ ਘਰ ਨੂੰ ਬਿਲੋਂਗ ਕਰਦੇ ਹਾਂ, ਇਹ ਕੰਮ ਤਾਂ ਕਾਕਾ ਮਰਾਸੀਆਂ ਵਾਲੇ ਹੁੰਦੇ ਨੇ ਜਿਹੜੇ ਤੂੰ ਕੰਮ ਕਰਦਾ, ਤੇ ਹੋਰ ਵੀ ਰਿਸ਼ਤੇਦਾਰ ਜਾਂ ਮੇਰਾ ਫਰੈਂਡ ਸਰਕਲ ਉਹ ਵੀ ਇਹੀ ਗੱਲ ਕਹਿੰਦੇ। ਪਰ ਹੁਣ ਜਦੋਂ ਮੈਂ ਗਾਣੇ ਆ ਗਏ ਮੇਰੇ, ਫਿਰ ਹੁਣ ਥੋੜ੍ਹਾ ਜਿਹਾ ਰਿਐਕਸ਼ਨ ਉਹਨਾਂ ਦਾ ਠੀਕ ਆ ਵੀ ਚੱਲ ਕੋਈ ਨੀ, ਜਿਹੜਾ ਤੂੰ ਹੁਣ ਕਰਦਾ ਠੀਕ ਹੀ ਆ, ਹੈ ਨਾ। ਅੱਛਾ, ਹੁਣ ਪੂਰਾ ਸਹਿਯੋਗ ਉਹਨਾਂ ਦਾ ਤੁਸੀਂ ਸਾਡੇ ਸਰੋਤਿਆਂ ਨੂੰ ਦੱਸੋ ਕਿ ਤੁਸੀਂ ਮਤਲਬ ਕਿਸੇ ਤੋਂ ਗਾਣਾ ਸਿੱਖਿਆ ਜਾਂ ਤੁਹਾਡਾ ਕੋਈ ਉਸਤਾਦ ਹੈ ਜਾਂ ਨਹੀਂ? ਵੀਰ ਜੀ, ਉਸਤਾਦ ਤਾਂ ਨਹੀਂ ਮੈਂ ਧਾਰਿਆ ਤੁਹਾਨੂੰ, ਜੋ ਰਿਐਲਿਟੀ ਹੈ, ਹੈ ਨਾ, ਇਹ ਚੀਜ਼ ਮੈਨੂੰ ਚਾਹੇ ਤਾਂ ਤੁਸੀਂ ਗੋਡ ਗਿਫਟਡ ਕਹਿ ਲਓ ਜਾਂ ਸਮੇਂ ਦੇ ਨਾਲ ਹੌਲੀ ਹੌਲੀ ਗਾਣੇ ਸੁਣ ਕੇ ਅਤੇ ਮੈਂ ਨਾਲ ਗਾਉਣ ਲੱਗ ਗਿਆ, ਮੈਨੂੰ ਸ਼ੌਕ ਪੈ ਗਿਆ। ਵੈਰੀ ਗੁੱਡ, ਅਤੇ ਇੱਕ ਕਿਸਮ ਦਾ ਹੋਬੀ ਹੋ ਗਈ ਇਹ। ਅੱਛਾ, ਉਦੋਂ ਬਾਅਦ ਜਿਹੜਾ ਮੇਰਾ ਕੰਮ ਸੀਗਾ ਇੱਥੇ ਆ ਕੇ, ਹੁਣ ਮੈਨੂੰ 12-13 ਸਾਲ ਟਰੱਕ ਚਲਾਉਂਦੇ ਨੂੰ ਹੋ ਗਏ। ਅੱਛਾ, ਅਤੇ ਹੁਣ 8-8, 10-10 ਘੰਟੇ ਤੁਹਾਨੂੰ ਪਤਾ ਵੀ ਇਕੱਲੇ ਨੇ ਚਲਾਉਣਾ, ਤਾਂ ਫਿਰ ਗਾਣੇ ਲਾਈ ਰੱਖਣੇ, ਜਿਹੜੇ ਗਾਣੇ ਲਾਉਣੇ ਉਹ ਮੈਨੂੰ ਯਾਦ ਹੋ ਜਾਂਦੇ ਆ,
ਜਦੋਂ ਯਾਦ ਹੁੰਦੇ ਆ ਫਿਰ ਮੈਂ ਨਾਲ ਨਾਲ ਗਾਈ ਗਿਆ ਜੀ। ਅੱਛਾ, ਇੱਕ ਇੱਕ ਝਾਕਾ ਜਿਹਾ ਹੁੰਦਾ ਜੀ, ਬਸ ਉਹ ਖੁੱਲ ਗਿਆ ਹੈ ਨਾ। ਅੱਛਾ, ਮਤਲਬ ਕਿ ਗੋਡ ਗਿਫਟਡ ਹੈ ਕਿ ਤੁਸੀਂ ਕਿਸੇ ਤੋਂ ਸਿੱਖੇ ਨਹੀਂ ਆ। ਜੀ ਜੀ ਨਹੀਂ, ਇਹ ਵੀ ਬੜੀ ਅੱਛੀ ਗੱਲ ਹੈ ਕਿ ਤੁਸੀਂ ਕਿਸੇ ਤੋਂ ਸਿੱਖੇ ਨਹੀਂ ਆ ਤੇ ਫਿਰ ਵੀ ਤੁਸੀਂ ਕਿੰਨਾ ਵਧੀਆ ਗਾਉਂਦੇ ਆ। ਤੇ ਅੱਜ ਕੱਲ ਮਾਰਕੀਟ ਦੇ ਵਿੱਚ ਸਿੰਗਰ ਹੀ ਐਸੇ ਆ ਰਹੇ ਆ ਔਰ ਮਸ਼ਹੂਰ ਵੀ ਹੋ ਰਹੇ ਕਿ ਜਿਨ੍ਹਾਂ ਨੇ ਕਦੇ ਕਿਸੇ ਤੋਂ ਸਿੱਖਿਆ ਹੀ ਨਹੀਂ ਹੈ, ਠੀਕ ਹੈ ਨਾ। ਤੇ ਤੁਸੀਂ ਹੁਣ ਮੈਂਸ਼ਨ ਕੀਤਾ ਸੀਗਾ ਕਿ ਤੁਸੀਂ 8-8 ਘੰਟੇ ਡਰਾਈਵ ਕਰਦੇ ਆ, ਜਿਵੇਂ ਕਿ ਤੁਸੀਂ 8 ਘੰਟੇ ਡਰਾਈਵ ਕਰਨਾ ਫਿਰ ਰੈਸਟ ਵੀ ਕਰਨੀ, ਤੁਸੀਂ ਕਿੱਦਾਂ ਇਹਨਾਂ ਸਾਰਿਆਂ ਦੀ ਟੇਕ ਕੇਅਰ ਕਰਕੇ ਫਿਰ ਰਿਆਜ਼ ਵਾਸਤੇ ਟਾਈਮ ਕੱਢ ਲੈਂਦੇ? ਵੀਰ ਜੀ ਰਿਆਜ਼ ਦਾ ਜੀ ਮੈਂ ਹਾਰਮੋਨੀਅਮ ਵਿੱਚ ਰੱਖਿਆ ਹੈ ਟਰੱਕ ਦੇ ਟਰੱਕ ਦੇ ਵਿੱਚ। ਹਾਂਜੀ ਹਾਂਜੀ। ਅੱਛਾ, ਜਿਵੇਂ ਉਹ ਸਵੇਰੇ ਘੰਟਾ ਕੁ ਮਿਲ ਗਿਆ ਤਾਂ ਲਾ ਲੈਣਾ ਜੀ, ਜਾਂ ਸ਼ਾਮ ਨੂੰ ਸੌਣ ਵੇਲੇ। ਅੱਛਾ ਹਾਂਜੀ ਹਾਂਜੀ, ਨਾਲੇ ਤਾਂ ਉਹਦੇ ਨਾਲ ਦਿਮਾਗ ਰਿਲੈਕਸ ਹੋ ਜਾਂਦਾ ਜੀ, ਮਾਇੰਡ ਨੂੰ ਰਿਲੈਕਸੇਸ਼ਨ ਬਹੁਤ ਮਿਲ ਜਾਂਦੀ, ਮਿਊਜ਼ਿਕ ਨਾਲ ਨੀਂਦ ਬਹੁਤ ਸੋਹਣੀ ਆਉਂਦੀ ਹੈ। ਨਹੀਂ ਨਹੀਂ ਬਿਲਕੁਲ, ਉਹ ਤਾਂ ਹੈ, ਸਾਰੀ ਥਕਾਵਟ ਲੈ ਜਾਂਦੀ ਹੈ ਨਾਲੇ ਰਿਆਜ਼ ਹੋ ਜਾਂਦਾ ਜੀ। ਚਲੋ ਅੱਛਾ ਅੱਛਾ, ਤਰਨਵੀਰ ਜੀ ਤੁਹਾਡੇ ਕਾਫੀ ਗਾਣੇ ਜਿਹੜੇ ਆ ਰਿਲੀਜ਼ ਹੋ ਚੁੱਕੇ ਆ ਟੀਵੀ ਤੇ, ਯੂਟਿਊਬ ਤੇ, ਫੇਸਬੁੱਕ ਤੇ, ਲੋਕਾਂ ਨੇ ਬਹੁਤ ਪਸੰਦ ਕੀਤੇ ਆ, ਤੇ ਧਰਮਵੀਰ ਦੇ ਦਿਲ ਦੇ ਕਰੀਬ ਕੋਈ ਐਸਾ ਗਾਣਾ ਹੋਏਗਾ ਜਿਹੜਾ ਤੁਹਾਨੂੰ ਬਹੁਤ ਹੀ ਪਿਆਰਾ ਲੱਗਦਾ ਹੈਗਾ, ਮੈਂ ਚਾਹੁੰਦਾ ਕਿ ਉਹ ਜਿਹੜਾ ਤੁਹਾਨੂੰ ਸਭ ਤੋਂ ਅੱਛਾ ਤੁਹਾਡੇ ਗਾਣੇ 'ਚ ਸਭ ਤੋਂ ਵਧੀਆ ਲੱਗਦਾ ਉਹ ਤੁਸੀਂ ਸਾਡੇ ਸਰੋਤਿਆਂ ਨਾਲ ਜਰਾ ਗਾ ਕੇ? ਇੱਕ ਸਿੰਗਰ ਨੂੰ ਆਪਣੇ ਸਾਰੇ ਗਾਣੇ ਪਿਆਰੇ ਹੁੰਦੇ ਨੇ ਪੁੱਤਾਂਗੂ ਜੀ, ਪਰ ਜਿਹੜਾ ਗਾਣਾ ਮੇਰੇ ਦਿਲ ਦੇ ਕਰੀਬ ਆ ਉਹ ਹੈ ਜੀ ਇੱਕ ਵਿਦੇਸ਼ 'ਚ ਗਏ ਹੋਏ ਪੁੱਤਰ ਲਈ ਉਹਦੇ ਪਿਓ ਦੀ ਵਾਪਸ ਆਉਣ ਦੀ ਹੂਕ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਜ਼ਰੂਰ। ਹੋ ਰਾਤੀ ਸੁਪਨੇ ਦੇ ਵਿੱਚ ਬਾਪੂ ਜੀ ਆਣ ਕੋਲ ਸੀ ਬਹਿ ਗਏ, ਇੱਕ ਨਿਚੋੜ ਸੀ ਜ਼ਿੰਦਗੀ ਦਾ ਉਹ ਜੋ ਵੀ ਗੱਲਾਂ ਕਹਿ ਗਏ, ਇੱਕ ਨਿਚੋੜ ਸੀ ਜ਼ਿੰਦਗੀ ਦਾ ਉਹ ਜੋ ਵੀ ਗੱਲਾਂ ਕਹਿ ਗਏ, ਉਹ ਛੱਡ ਪਿੰਡ ਸਰਦਾਰੀ ਨੂੰ, ਉਹ ਪਿੰਡ ਸਰਦਾਰੀ ਨੂੰ ਮਰੀਕਾ ਬਹਿ ਗਿਆ ਆਣ ਸ਼ਕੀਨਾ, ਰਹਿੰਦਿਆਂ ਦੇ ਘਰ ਵਸਦੇ ਪੁੱਤਰਾ ਵਾਹੁੰਦਿਆਂ ਦੀਆਂ ਜ਼ਮੀਨਾਂ, ਰਹਿੰਦਿਆਂ ਦੇ ਘਰ ਵਸਦੇ ਪੁੱਤਰਾ ਵਾਹੁੰਦਿਆਂ ਦੀਆਂ ਜ਼ਮੀਨਾਂ। ਕੀ ਬਾਤ ਹੈ ਜੀ, ਬਹੁਤ ਵਧੀਆ, ਰਹਿੰਦਿਆਂ ਦੇ ਘਰ ਵਸਦੇ ਪੁੱਤਰਾ ਵਾਹੁੰਦਿਆਂ ਦੀਆਂ ਜ਼ਮੀਨਾਂ, ਇਹ ਸੁਪਨੇ ਦਾ ਗਾਣਾ ਹੈ ਦੋਸਤੋ। ਅਸੀਂ ਸਾਰੇ ਪ੍ਰਦੇਸ਼ਾਂ ਦੇ ਵਿੱਚ ਬੈਠੇ ਹਾਂ, ਅਸੀਂ ਸੁਪਨੇ ਲੈ ਕੇ ਆਪਣੇ ਪ੍ਰਦੇਸ਼ ਨੂੰ ਯਾਦ ਕਰ ਕਰਕੇ ਜੀ ਰਹੇ ਹਾਂ। ਧਰਮਵੀਰ ਜੀ ਤੁਸੀਂ ਸੁਪਨੇ ਦੀ ਗੱਲ ਕੀਤੀ ਹੈ, ਦੇਸ਼ ਪ੍ਰਦੇਸ਼ ਦੀ ਗੱਲ ਕੀਤੀ ਹੈ ਕਿ ਤੁਹਾਡੇ ਤੁਹਾਡੇ ਪਿਤਾ ਜੀ ਸੁਪਨੇ ਦੇ ਵਿੱਚ ਆਏ, ਹੁਣ ਤੁਸੀਂ ਇੱਥੇ ਰਹਿੰਦੇ ਆ, ਤੁਹਾਨੂੰ ਕਿੰਨਾ ਫਰਕ ਮਹਿਸੂਸ ਹੁੰਦਾ ਹੈ ਕਿ ਆਪਣੀ ਕਰਮ ਭੂਮੀ ਦਾ ਜਾਂ ਆਪਣੀ ਜਨਮ ਭੂਮੀ ਦਾ? ਦੇਖੋ ਜੀ ਫਰਕ ਤਾਂ ਹੈ ਵੀਰ ਜੀ, ਫਰਕ ਤਾਂ ਹੈ, ਕਿਉਂਕਿ ਜਾ ਕੇ ਇੰਡੀਆ ਜਾ ਕੇ ਇੱਕ ਇੱਕ ਹੋਰ ਹੀ ਆਨੰਦ ਆਉਂਦਾ ਹੈ ਨਾ। ਅੱਛਾ, ਤਾਂ ਪਰ ਆਉਂਦਾ ਥੋੜਾ ਚਿਰ ਹੀ ਆ, ਮੁੜ ਕੇ ਕੰਮ ਵੀ ਉਰੇ ਚੇਤੇ ਆਉਂਦਾ ਜਾਂਦਾ ਹੈ ਨਾ। ਹਾਂ ਬਿੱਲ ਬੱਤੀਆਂ ਦੇਣੇ ਹੁੰਦੇ ਆ। ਹਾਂ ਬਿੱਲ ਬੱਤੀਆਂ ਦੇਣੇ ਹੁੰਦੇ ਆ ਜੀ, ਤਾਂ ਪਰ ਆਪਣੇ ਮੁਲਕ ਨਾਲ ਵੀ ਰੀਸ ਨਹੀਂ ਜੀ, ਜੇ ਥੋੜਾ ਜਿਹਾ ਸਿਸਟਮ ਉੱਥੇ ਥੋੜਾ ਜਿਹਾ ਵਧੀਆ ਹੋਵੇ। ਹਾਂ ਸਿਸਟਮ ਜੀ, ਸਿਸਟਮ ਮਤਲਬ ਤੁਸੀਂ ਪੋਲਿਟਿਕਸ ਤੋਂ ਕਹਿ ਰਹੇ ਆ ਜਾਂ? ਵੀਰ ਜੀ ਹਰ ਚੀਜ਼, ਹਰ ਚੀਜ਼, ਚਾਹੇ ਚਾਹੇ ਪੋਲਿਟਿਕਸ ਕਹਿ ਲਓ ਜਾਂ ਜਿਹੜੇ ਸਰਕਾਰੀ ਕੰਮ ਨੇ ਕੋਈ ਵੀ, ਹੈ ਨਾ, ਕਿਉਂਕਿ ਹੁਣ ਮੈਂ ਸਾਲ 'ਚ ਦੋ ਗੇੜੇ ਮੇਰੇ ਤਕਰੀਬਨ ਲੱਗਦੇ ਰਹਿੰਦੇ ਨੇ, ਬਹੁਤ ਮੈਂ ਨੇੜਤਾ ਨਾਲ ਦੇਖਦਾ ਜਾ ਕੇ ਵੀ ਉੱਥੇ ਜਾ ਕੇ, ਹੁਣ ਉਹ ਮਿੱਟੀ ਨਾਲ ਸਾਂਝ ਆ ਆਪਣੀ, ਪਰ ਹੁਣ ਇੱਥੇ ਵੀ ਥੋੜ੍ਹਾ ਜਿਹਾ ਜਦੋਂ ਕੰਪੇਅਰ ਕਰਦੇ ਫਿਰ ਜਿੱਦਾਂ ਵੀ ਇੱਥੇ ਜਾਣ ਸੌਖੀ ਆ, ਉੱਥੇ ਆਨੰਦ ਹੋਰ ਆ। ਹਾਂਜੀ, ਕੰਪੇਅਰ ਕਰਨਾ ਔਖਾ ਜੀ ਜਨਮ ਭੂਮੀ ਕਰਮ ਭੂਮੀ ਨੂੰ, ਤੇ ਆ ਦੋਨਾਂ ਨੂੰ ਮੇਰੇ ਵੱਲੋਂ ਤਾਂ ਨਮਸਕਾਰ ਹੈ। ਕੀ ਬਾਤ ਹੈ ਜੀ, ਧਰਮਵੀਰ ਜੀ ਇੱਕ ਮੇਰਾ ਸਪੈਸ਼ਲ ਸਵਾਲ ਹੈ ਤੁਹਾਨੂੰ, ਹਾਂਜੀ, ਤੇ ਮੈਂ ਚਾਹੁੰਦਾ ਕਿ ਤੁਸੀਂ ਇਮਾਨਦਾਰੀ ਦੇ ਨਾਲ ਉਸਦਾ ਆਨਸਰ ਦਿਓ ਕਿ ਤੁਸੀਂ ਦੇਖਿਆ ਹੋਏਗਾ, ਤੁਸੀਂ ਆਪ ਸੁਣਿਆ ਹੀ ਹੈ ਕਿ ਟੀਵੀ ਦੇ ਉੱਤੇ, ਯੂਟਿਊਬ ਤੇ, ਫੇਸਬੁੱਕ ਤੇ ਬਹੁਤ ਸਾਰੇ ਸਾਡੇ ਪੰਜਾਬੀ ਸਿੰਗਰ ਜਿਹੜੇ ਹਥਿਆਰਾਂ ਨੂੰ ਬਹੁਤ ਪ੍ਰਮੋਟ ਕਰਦੇ ਆ, ਨਸ਼ਿਆਂ ਨੂੰ ਬਹੁਤ ਪ੍ਰਮੋਟ ਕਰਦੇ ਆ, ਔਰ ਇਹਨਾਂ ਦੀ ਮੁਖਾਲਫਤ ਵੀ ਕਾਫੀ ਹੋਈ ਪੰਜਾਬ ਦੇ ਵਿੱਚ, ਹਨਾ, ਤੇ ਕੁਝ ਸਿੰਗਰ ਸੁਧਰ ਵੀ ਗਏ ਆ, ਤੇ ਉਸ ਦੇ ਬਾਵਜੂਦ ਵੀ ਮੈਂ ਤੁਹਾਡੇ ਵੀ ਗਾਣੇ ਸੁਣੇ ਨਸ਼ਿਆਂ ਦੇ, ਹਥਿਆਰਾਂ ਦੇ, ਤੇ ਹੁਣ ਤੁਸੀਂ ਉਹਨਾਂ ਸਿੰਗਰਾਂ ਦੇ ਵਿੱਚ ਤੇ ਆਪਣੇ ਵਿੱਚ ਕਿਆ ਫਰਕ ਹੈ? ਮੈਨੂੰ ਕੋਈ ਫਰਕ ਨਹੀਂ ਲੱਗਦਾ ਜੀ। ਜੀ ਵੀਰ ਜੀ, ਗੱਲ ਤੁਹਾਡੀ ਇੱਦਾਂ, ਇੱਕ ਨਵੇਂ ਸਿੰਗਰ ਨੂੰ ਵੀਰ ਜੀ ਮਾਰਕੀਟ 'ਚ ਆਉਣ ਲਈ ਲੋਕ ਗੀਤਾਂ ਦੇ ਨਾਲ ਨਾਲ ਕਮਰਸ਼ੀਅਲ ਗੀਤ ਗਾਉਣਾ ਵੀ ਮੈਨੂੰ ਤਾਂ ਲੱਗਦਾ ਜਾਇਜ਼ ਆ ਜੀ, ਕਿਉਂਕਿ ਜੇ ਉਹਨੇ ਆਪਣੇ ਆਪ ਨੂੰ ਹਰ ਤਰੀਕੇ ਦੇ ਸਰੋਤਿਆਂ 'ਚ ਰਿਪ੍ਰਜੈਂਟ ਕਰਨਾ, ਪਰ ਲੱਸੀ ਗਾਣਾ ਗਾਉਣ ਤੋਂ ਅਤੇ ਹਥਿਆਰਾਂ ਤੋਂ ਬਾਅਦ ਮੇਰੇ ਕੁਛ ਫਰੈਂਡਾਂ ਨੇ ਮੈਨੂੰ ਕਾਲਾਂ ਵੀ ਕਰੀਆਂ ਵੀ ਯਾਰ ਤੂੰ ਇੱਦਾਂ ਦੇ ਗਾਣੇ ਨਾ ਗਾ, ਸੋ ਮੈਂ ਹੁਣ ਟਰਾਈ ਕਰੂੰਗਾ ਵੀਰ ਜੀ ਵੀ ਗਾਂਹ ਤੋਂ ਲੋਕ ਗੀਤ ਜਾਂ ਕੋਈ ਕੋਈ ਪਿਆਰ ਮੁਹੱਬਤ ਵਾਲੇ ਸੱਭਿਆਚਾਰਕ ਗਾਣੇ ਹੀ ਗਾਏ ਜਾਣ, ਜਿਹੜੇ ਮੇਰੇ ਇੱਕ ਦੋ ਗਾਣੇ ਰਿਕਾਰਡ ਹੋਏ ਹੋਏ ਨੇ, ਉਹ ਕਰਕੇ ਮੈਂ ਫਿਰ ਮੁੜ ਕੇ ਥੋੜ੍ਹਾ ਜਿਹਾ ਇਸ ਇਸ ਪਾਸੇ। ਤੁਹਾਨੂੰ ਖੁਦ ਤੁਹਾਡੇ ਸਰੋਤਿਆਂ ਨੇ, ਤੁਹਾਡੇ ਸ਼ੌਕ ਚਿੰਤਕਾਂ ਨੇ ਫੋਨ ਕਰਕੇ ਤੁਹਾਨੂੰ ਕਿਹਾ ਕਿ ਇੱਦਾਂ ਦੇ ਗਾਣੇ ਨਹੀਂ ਗਾਣੇ ਚਾਹੀਦੇ?
ਜੀ ਪਰ ਨਾਲ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਵੀ ਜੇ ਤੇਰੇ ਗਾਣੇ ਓਨੇ ਨਹੀਂ ਸੀਗੇ ਵੀ ਜਿੰਨਾ ਵੀ ਗੰਨਾ ਵਾਲਾ ਗਾਣਾ ਕੋਈ ਚੱਕ ਕੇ ਮਾਰਨ ਤੁਰ ਪਿਆ ਕਿਸੇ ਨੂੰ ਤਾਂ ਮੇਰਾ ਤਾਂ ਜੀ ਗਾਣਾ ਸੀਗਾ ਸਾਡਾ ਰਫਲਾਂ ਦੇ ਸ਼ੌਂਕੀਆਂ ਦਾ ਲਾਣਾ ਮੱਚਦਾ। ਅੱਛਾ ਤੇ ਉਹ ਤੁਹਾਨੂੰ ਦੇਖੋ ਤੁਸੀਂ ਗਾਣੇ ਦਾ ਲਾਇਸੈਂਸ ਵੀ ਸਰਕਾਰ ਦਿੰਦੀ ਹੈ ਤੇ ਉਹ ਜੇ ਇੱਕ ਗਾਣਾ ਸ਼ਰਾਬ ਤੇ ਵੀ ਗਾਤਾ ਜੀ ਤਾਂ ਪੰਜਾਬ 'ਚ ਹਰ ਮੋੜ ਤੇ ਠੇਕਾ ਜੀ ਤੇ ਪਰ ਗਾਹ ਨੂੰ ਮੈਂ ਆਪਣੇ ਸਰੋਤਿਆਂ ਨਾਲ ਵਾਅਦਾ ਕਰਦਾ ਵੀ ਥੋੜ੍ਹਾ ਜਿਹਾ ਮੈਂ ਇਸ ਕੰਮ ਤੋਂ ਕਿਨਾਰਾ ਕਰੂੰਗਾ। ਉਸ ਤੋਂ ਇਹ ਗੱਲ ਤਾਂ ਬੜੀ ਧਰਮਵੀਰ ਗਰਚਾ ਦੀ ਜਾਇਜ਼ ਹੈ ਕਿ ਹਰ ਮੋੜ ਮੋੜ 'ਤੇ ਠੇਕਾ ਖੁੱਲਿਆ ਹੋਇਆ ਜਿੱਥੇ ਕਿ ਸਾਨੂੰ ਸੋਚਣਾ ਚਾਹੀਦਾ ਕਿ ਸਾਡੇ ਪੰਜਾਬ ਦਾ ਜਿਹੜਾ ਪਾਣੀ ਹੈ ਉਹ ਜ਼ਹਿਰ ਬਣ ਚੁੱਕਾ ਹੈ ਅਤੇ ਸਾਡੀਆਂ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਕਿ ਜ਼ਰੂਰੀ ਕਿਆ ਹੈ ਸਾਡੇ ਵਾਸਤੇ ਠੇਕੇ ਜ਼ਰੂਰੀ ਹੈ ਜਾਂ ਸਾਨੂੰ ਪਾਣੀ ਪੀਣ ਵਾਸਤੇ ਚਾਹੀਦਾ। ਤਾਂ ਚਲੋ ਧਰਮਵੀਰ ਗਰਚਾ ਜੀ ਨੇ ਕਿਹਾ ਕਿ ਅੱਗੇ ਵਾਸਤੇ ਇਹਨਾਂ ਦੀ ਜਿਹੜੀ ਗਾਇਕੀ ਹੈ ਬੜੀ ਸੱਭਿਆਚਾਰਕ ਗਾਇਕੀ ਤੁਹਾਨੂੰ ਇਹ ਦੇਣਗੇ। ਅਤੇ ਧਰਮਵੀਰ ਜੀ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡੇ ਆਉਣ ਵਾਲੇ ਪ੍ਰੋਜੈਕਟ ਕੀ ਹੈ, ਕੀ ਤੁਹਾਡਾ ਕੋਈ ਨਵਾਂ ਪ੍ਰੋਜੈਕਟ, ਕੀ ਤੁਸੀਂ ਸਰੋਤਿਆਂ ਨੂੰ ਨਵਾਂ ਦੇ ਰਹੇ? ਹਾਂਜੀ ਆਉਣ ਵਾਲਾ ਵੀਰ ਜੀ ਮੇਰਾ ਨੈਕਸਟ ਗਾਣਾ ਜੀ ਲੋਕ ਤੱਥ ਟਾਈਪ ਆ ਜੀ ਜਮਾਨਾ ਗਾਣਾ। ਕਿਆ ਬਾਤ! ਹਾਂਜੀ ਇਹ ਇਸ ਗਾਣੇ ਦੇ ਤਾਂ 5 ਪਹਿਰੇ ਨੇ ਜੀ ਅਤੇ ਹਰ ਇੱਕ ਦੇ ਵਿੱਚ ਹਰ ਡਿਫਰੈਂਟ ਡਿਫਰੈਂਟ ਸਮੱਸਿਆ ਜੀ ਅਤੇ ਜ਼ਮੀਨ ਨਾਲ ਜੁੜਿਆ ਹੋਈ ਹਕੀਕਤ ਦਾ ਗਾਣਾ ਜੀ। ਅੱਛਾ ਜੋ ਗਾਣਾ ਜੋ ਇਹਦੀ ਹੁੱਕ ਲਾਈਨ ਆ ਗਾਣੇ ਦੀ ਚੁੱਪ ਚਾਪ ਦੇਖੀ ਚੱਲ ਸੋਹਣੇ ਆ ਅੱਜ ਕੱਲ੍ਹ ਭਲੇ ਦਾ ਜ਼ਮਾਨਾ ਨਹੀਂ, ਇੱਕ ਉਹ ਬੰਦਾ ਕਹਿ ਰਿਹਾ ਜੀ ਗੱਲ ਥੋੜ੍ਹਾ ਤਰਨਮ 'ਚ ਸੁਣਾਓ, ਥੋੜ੍ਹਾ ਜਿਹਾ ਗਾ ਕੇ ਸੁਣਾਓ ਤਾਂ ਸਾਨੂੰ ਵਧੀਆ ਲੱਗੇ। ਠੀਕ ਹੈ ਜੀ। ਉਹ ਚੁੱਪ ਚਾਪ ਦੇਖੀ ਚੱਲ ਸੋਹਣਿਆ ਅੱਜ ਕੱਲ ਭਲੇ ਦਾ ਜਮਾਨਾ ਨੀ, ਚੁੱਪ ਚਾਪ ਦੇਖੀ ਚੱਲ ਸੋਹਣਿਆ ਅੱਜ ਕੱਲ ਭਲੇ ਦਾ ਜਮਾਨਾ ਨੀ, ਇੱਕ ਵਾਰੀ ਰਾਹ ਵਿੱਚ ਮਿਲਿਆ ਸ਼ਰਾਬੀ ਉਹਨੂੰ ਚੁੱਕ ਕੇ ਮੈਂ ਘਰੇ ਪਹੁੰਚਾਤਾ, ਉਹ ਕਾਕਾ ਸਾਡੇ ਮੁੰਡੇ ਦੇ ਤੂੰ ਕੱਟ ਲੈ ਰੁਪਈਏ ਉਹਦੀ ਮੰਮੀ ਨੇ ਮੇਰੇ ਤੇ ਦੋਸ਼ ਲਾਤਾ, ਉਸ ਦਿਨ ਤੋਂ ਮੈਂ ਇੱਕ ਸਿੱਖ ਲਈ ਗੱਲ ਕਦੇ ਆਪਣਾ ਕੋਈ ਬਣਦਾ ਬੇਗਾਨਾ ਨੀ, ਚੁੱਪ ਚਾਪ ਦੇਖੀ ਚੱਲ ਸੋਹਣਿਆ ਅੱਜ ਕੱਲ ਭਲੇ ਦਾ ਜਮਾਨਾ ਨੀ, ਚੁੱਪ ਚਾਪ ਦੇਖੀ ਚੱਲ ਸੋਹਣਿਆ ਅੱਜ ਕੱਲ ਭਲੇ ਦਾ ਜਮਾਨਾ ਨੀ, ਇੱਕ ਸਿਸਟਮ ਤੋਂ ਸਤਾਏ ਹੋਏ ਬੰਦੇ ਦਾ ਇਹ ਗਾਣਾ ਹੈ। ਤੁਹਾਡੀ ਗੱਲ ਬਿਲਕੁਲ ਸਹੀ ਹੈ। ਤੇ ਧਰਮਵੀਰ ਜੀ ਹੁਣ ਇਹ ਗਾਣੇ ਦਾ ਮਿਊਜ਼ਿਕ ਕਿਸ ਨੇ? ਇਹ ਗਾਣੇ ਦਾ ਮਿਊਜ਼ਿਕ ਜੀ ਵਿਕਟਰ ਕੰਬੋਜ ਅੱਪਾ ਜੀ ਨੇ ਲੁਧਿਆਣੇ ਤੋਂ ਉਹਨਾਂ ਨੇ ਦਿੱਤਾ ਜੀ। ਤੁਹਾਡੇ ਜਿਹੜੇ ਗੀਤ ਹੈ ਉਹਨੂੰ ਚੂਜ਼ ਕੌਣ ਕਰਦਾ? ਚੂਜ਼ ਸਾਡੀ ਟੀਮ ਹੈ ਜੀ ਇੱਕ। ਅੱਛਾ ਤੇ ਦੋ ਤਿੰਨ ਫਰੈਂਡ ਮੇਰੇ ਮੋਹਾਲੀ ਨੇ। ਅੱਛਾ ਇੰਡੀਆ ਦੇ? ਹਾਂਜੀ ਹਾਂਜੀ ਹਾਂਜੀ। ਉਹ ਵੀ ਜੇ ਉਹਨਾਂ ਨੂੰ ਕੋਈ ਕੋਈ ਗੀਤ ਚੰਗਾ ਲੱਗਦਾ ਤੇ ਉਹ ਮੇਰੇ ਨਾਲ ਸ਼ੇਅਰ ਕਰ ਲੈਂਦੇ ਆ ਵੀ ਆਹ ਗਾਣਾ ਤੇਰੇ ਕਰਨ ਵਾਲਾ, ਤੇ ਜੇ ਕੋਈ ਮੈਨੂੰ ਵੀ ਕਿਤੋਂ ਆ ਜਾਂਦਾ ਮਿਲ ਜਾਂਦਾ ਜਾਂ ਮੈਂ ਆਪ ਲਿਖ ਲੈਂਦਾ ਫਿਰ ਉਹਨਾਂ ਨਾਲ ਸ਼ੇਅਰ ਕਰ ਲੈਂਦਾ। ਤੇ ਗਾਉਣ ਦੇ ਨਾਲ ਨਾਲ ਤੁਸੀਂ ਲਿਖਦੇ ਵੀ ਉਹ ਗਾਣੇ ਲਿਖਦੇ? ਜੀ ਜੀ ਮੈਂ ਐਕਚੁਅਲੀ ਸ਼ੁਰੂ ਕੈਰੀਅਰ ਲਿਖਣ ਤੋਂ ਹੀ ਕਰਿਆ ਸੀਗਾ ਜੀ, ਮੇਰੇ 5-6 ਗਾਣੇ ਮੈਂ ਲਿਖੇ ਤੇ ਚਲੋ ਮੈਨੂੰ ਥੋੜ੍ਹਾ ਥੋੜ੍ਹਾ ਗਿਆਨ ਆਇਆ ਉਹਦੇ ਨਾਲ, ਪਰ ਮੈਂ ਉਹ ਗਾਏ ਕਿਸੇ ਨੇ ਨਹੀਂ ਫਿਰ ਮੈਂ ਆਪ ਹੀ। ਅੱਛਾ ਤੁਸੀਂ ਆਪ ਹੀ ਗਾਏ। ਤੇ ਧਰਮਵੀਰ ਜੀ ਅਖੀਰ ਦੇ ਵਿੱਚ ਤੁਸੀਂ ਸਾਡੇ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਸੇਜ ਜੀ ਮੈਂ ਤਾਂ ਤੁਹਾਨੂੰ ਇਹ ਕਹੂੰਗਾ ਵੀ ਸਭ ਤੋਂ ਪਹਿਲਾਂ ਤਾਂ ਵਾਤਾਵਰਨ ਸਾਂਭੀਏ ਆਪਾਂ, ਜਿਹੜਾ ਵਾਤਾਵਰਨ ਆ ਉਹ ਸਾਂਭਣਾ ਬਹੁਤ ਜ਼ਰੂਰੀ ਹੈ ਜੀ। ਅੱਜ ਮੈਂ ਬਾਣੀ 'ਚ ਲਿਖਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਆਪਾਂ ਜੋ ਪੰਜਾਬੀ ਹਾਂ ਆਪਾਂ ਨੇ ਤਿੰਨੇ ਚੀਜ਼ਾਂ ਰੋਲਤੀਆਂ ਜੀ, ਨਾ ਆਪਾਂ ਨੇ ਉੱਥੇ ਹਵਾ ਸਾਫ਼ ਛੱਡੀ ਆ, ਨਾ ਪਾਣੀ ਅਤੇ ਨਾ ਧਰਤੀ ਆ ਉਹ ਵੀ ਜ਼ਹਿਰੀਲੀ ਕਰਤੀ ਦਵਾਈਆਂ ਪਾ ਪਾ ਕੇ, ਅਤੇ ਬਾਕੀ ਜੀ ਮੈਂ ਇਹ ਕਹੂੰਗਾ ਵੀ ਸਾਫ਼ ਸੁਣੋ ਸਾਫ ਗਾਓ, ਤੇ ਪਰ ਕਈ ਵਾਰ ਕਮਰਸ਼ੀਅਲ ਗਾਉਣਾ ਵੀ ਪੈਂਦਾ ਜੀ, ਉਹਦੇ ਲਈ ਮੈਂ ਸਰੋਤਿਆਂ ਤੋਂ ਹੱਥ ਜੋੜ ਕੇ ਮਾਫ਼ੀ ਮੰਗਦਾ ਹਾਂ। ਦੋਸਤੋ ਬੜੇ ਵਧੀਆ ਵਿਚਾਰ ਸਾਡੇ ਧਰਮਵੀਰ ਜੀ ਨੇ ਦਿੱਤੇ ਨੇ ਤੇ ਇਹਦੇ ਨਾਲ ਹੀ ਅੱਜ ਦਾ ਸਾਡਾ ਪ੍ਰੋਗਰਾਮ ਸਮਾਪਤ ਹੁੰਦਾ। ਰੱਬ ਰੱਖ।